ਦੁਨੀਆ ਦੇ ਸਭ ਤੋਂ ਵੱਡੇ ਇਲੈਕਟ੍ਰੋਨਿਕਸ ਸ਼ੋਅ CES 2020 ਵਿੱਚ ਇਸ ਵਾਰ ਟੈਕਨੋਲੋਜੀ ਦੀ ਹੈਰਾਨ ਕਰਨ ਵਾਲੀਆਂ ਖੋਜਾਂ ਵੇਖਣ ਨੂੰ ਮਿਲੀਆਂ। ਇਸ ਵਿੱਚ ਖਾਸ ਸੀ ਸੈਮਸੰਗ ਵੱਲੋਂ ਪੇਸ਼ ਕੀਤਾ ਗਿਆ ਆਰਟੀਫਿਸ਼ੀਅਲ ਹਿਊਮਨ ਭਾਵ ਬਨਾਉਟੀ ਮਨੁੱਖ। ਇਸ ਦੀਆਂ ਖਾਸੀਅਤਾਂ ਇਹ ਸੀ ਕਿ ਇਹ ਹੂਬਹੂ ਮਨੁੱਖ ਵਰਗਾ ਦਿਖਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਅਸਲ ਮਨੁੱਖ ਦੀ ਤਰ੍ਹਾਂ ਗੱਲਾਂ ਕਰਦਾ ਹੈ ਅਤੇ ਭਾਵਨਾਵਾਂ ਨੂੰ ਵੀ ਜਤਾਉਂਦਾ ਹੈ। ਕੰਪਨੀ ਵੱਲੋਂ ਇਸ ਆਰਟੀਫਿਸ਼ੀਅਲ ਹਿਊਮਨ ਦਾ ਨਾਮ ਨਿਓਨ ਰੱਖਿਆ ਗਿਆ ਹੈ। ਇਹ ਨਿਓਨ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਕੋਰ R3 ਟੈਕਨੋਲੋਜੀ 'ਤੇ ਆਧਾਰਿਤ ਹੈ ਭਾਵ ਰਿਲਾਇਬਿਲਿਟੀ, ਰੀਅਲ ਟਾਈਮ ਅਤੇ ਰਿਸਪੋਂਸ। ਇਸ ਤਕਨੀਕ ਦੇ ਦਮ 'ਤੇ ਹੀ ਨਿਓਨ ਪਲ ਵਿੱਚ ਹੀ ਜਵਾਬ ਦੇਣ ਦੇ ਸਮਰੱਥ ਹੈ। ਇਸ ਦੇ ਗੁਣਾਂ ਦੀ ਜੇਕਰ ਗੱਲ ਕਰੀਏ ਤਾਂ ਇਹ ਮਨੁੱਖ ਲਈ ਸਹਾਇਕ ਹੋ ਸਕਦਾ ਹੈ, ਜਿਵੇਂ ਇੱਕ ਅਧਿਆਪਕ ਦੇ ਰੂਪ ਵਿੱਚ, ਵਿੱਤੀ ਸਲਾਹਕਾਰ ਦੇ ਰੂਪ ਵਿੱਚ, TV ਐਂਕਰ ਦੇ ਰੂਪ ਵਿੱਚ, ਫਿਲਮ ਕਲਾਕਾਰਾਂ ਦੇ ਰੂਪ ਵਿੱਚ ਵੀ। ਸੋ ਕਰੀਬ ਕਰੀਬ ਮਨੁੱਖ ਵਰਗੇ ਇਹ ਨਿਓਨ ਜਿੱਥੇ ਮਨੁੱਖ ਲਈ ਸਹਾਇਕ ਸਾਬਿਤ ਹੋਣਗੇ, ਉੱਥੇ ਹੀ ਟੈਕਨੋਲੋਜੀ ਜਗਤ ਨੂੰ ਵੀ ਨਵੇਂ ਸਿਖਰਾਂ 'ਤੇ ਪਹੁੰਚਾਉਣਗੇ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਸ ਆਰਟੀਫਿਸ਼ੀਅਲ ਹਿਊਮਨ ਟੈਕਨੋਲੋਜੀ ਦੇ ਪਿੱਛੇ ਗੁਜਰਾਤ ਦੇ ਇੰਜੀਨੀਅਰ ਪ੍ਰਣਵ ਮਿਸਤਰੀ ਦਾ ਯੋਗਦਾਨ ਹੈ, ਜੋ ਇਸ ਨੂੰ ਬਣਾਉਣ ਵਾਲੀ ਕੰਪਨੀ ਸਟਾਰ ਲੈਬ ਦੇ CEO ਨੇ। ਬਿਊਰੋ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।